ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸਾਂ ਜੂਝ ਕੇ ਪਾਈਆਂ ਸ਼ਹਾਦਤਾਂ ਨਹੀਂ ਜ਼ਾਲਮ ਅੱਗੇ ਹਥਿਆਰ ਛੁੱਟੇ ਕੌਮ ਤੋੜੇ ਸੰਗਲ ਗੁਲਾਮੀ ਦੀ ਅਸਾਂ ਸਾ ਆਜ਼ਾਦੀ ਲਈ ਵਾਰ ਦਿੱਤੀ ਅਸਾਂ ਸਾ ਆਜ਼ਾਦੀ ਲਈ ਵਾਰ ਦਿੱਤੀ ਸਮਸ਼ੀਰ ਦਸਤ ਵਿੱਚ ਗੱਲ ਕਰਦੇ ਆ ਹੱਕ ਸੱਚ ਇਨਸਾਫ ਅਤੇ ਧਰਮ ਤੇ ਅਧਾਰਤ 20ਵੀਂ ਸਦੀ ਦੇ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਣਾ ਵਾਲੇ ਜਥੇਦਰ ਦਮਦ ਮੀਟਕਸਾਲ ਵੱਲੋਂ ਰੰਬੇ ਹੋਏ ਸੰਘਰਸ਼ ਦੇ ਸੂਰਬੀਰ ਜੋਦੇ ਸ਼ਹੀਦ ਪਾਈ ਕੁਲਵੰਤ ਸਿੰਘ ਖੁਖਰਾਣਾ ਦੇ ਸੰਬੰਧ ਵਿੱਚ ਪਾਈ ਕੁਲਵੰਤ ਸਿੰਘ ਦਾ ਜਨਮ ਪਿੰਡ ਖੁਖਰਾਣਾ ਜ਼ਿਲ੍ਹਾ ਫਰੀਦਕੋੜ ਵਿਖੇ ਸਰਦਾਰ ਪਾਲਾ ਸਿੰਘ ਦੀ ਕਰੀ ਸਤਕਾਰਯੋਗ ਮਾਤਾ ਭਗਵਾਨ ਕੌਰ ਦੀ ਕੁਖੋਂ 1 ਮਾਰਚ 1961 ਵਾਲੇ ਦਿਨ ਹੋਇਆ ਸੀ ਪਾਈ ਕੁਲਵੰਤ ਸਿੰਘ ਨੇ ਦਸਵੀਂ ਦਾ ਇਮਤਿਹਾਨ ਪਾਸ ਕਰਨ ਤੋਂ ਬਾਅਦ ਮੋਗਾ ਦੇ ਕਾਲਜ ਵਿੱਚ ਦਾਖਲਾ ਲਿਆ ਜਿੱਥੇ ਉਹਨਾਂ ਨੇ ਆਈਟੀਆਈ ਦਾ ਕੋਰਸ ਪੂਰਾ ਕਰਨਾ ਸੀ ਪਾਈ ਕੁਲਵੰਤ ਸਿੰਘ ਜੋ ਕਿ ਇੱਕ ਬਹੁਤ ਵਧੀਆ ਕਵਤਾਵਾਂ ਲਿਖਣ ਦਾ ਗੁਣ ਰੱਖਦੇ ਸਨ ਉੱਥੇ ਇੱਕ ਬਹੁਤ ਹੀ ਅਚਕੋਟੀ ਦੇ ਲੈਕਚਰਾਰ ਸੀ ਸੋ ਇਹਨਾਂ ਗੁਣਾਂ ਨੂੰ ਵੇਖਦਿਆਂ ਭਾਈ ਕੁਲਵੰਤ ਸਿੰਘ ਨੂੰ ਕਾਲਜ ਦਾ ਪ੍ਰਧਾਨ ਬਣਾ ਦਿੱਤਾ ਗਿਆ ਵਿਦਿਆਰਥੀ ਜਥੇਬੰਦੀ ਦਾ ਬਹੁਤ ਹੀ ਲਗਨ ਦੇ ਨਾਲ ਭਾਈ ਕੁਲਵੰਤ ਸਿੰਘ ਨੇ ਕੰਮ ਕੀਤੀ ਇਸ ਜਥੇਬੰਦੀ ਦਾ ਫਲਾ ਕਰਨ ਵਾਸਤੇ ਇਸ ਜਥੇਬੰਦੀ ਦਾ ਕਾਲਜ ਦੇ ਵਿੱਚ ਪਸਾਰ ਕਰਨ ਵਾਸਤੇ ਪਰ ਜਦੋਂ ਸਮਾਂ ਆਇਆ ਸਰਾਨਾ ਸਮਾਗਮ ਦਾ ਤਾਂ ਪਾਈ ਕੁਲਵੰਦ ਸਿੰਘ ਅਤੇ ਸਾਥੀਆਂ ਨੇ ਆਖਿਆ ਕਿ ਅਸੀਂ ਇਸ ਸਮਾਗਮ ਦੀ ਆਰੰਭਤਾ ਅਰਦਾਸ ਦੇ ਨਾਲ ਕਰਨੀ ਆ ਜੋ ਕਿ ਉਸ ਵਿਦਿਆਰਥੀ ਜਥੇਬੰਦੀ ਦੇ ਇੱਕ ਹਿੱਸੇ ਨੂੰ ਗਲਰਾਸ ਨਾ ਆਈ ਤਾਂ ਇਸ ਗੱਲ ਤੇ ਕਾਫੀ ਬਹਿਸ ਬਸਈਆ ਹੋਇਆ ਬਹਿਸ ਬਾਜੀ ਹੋਈ ਹੌਲੀ ਹੌਲੀ ਇਹ ਬਹਿਸ ਬਾਜੀ ਇੱਕ ਟਕਰਾਅ ਦਾ ਰੂਪ ਤਾਂ ਨਗਰ ਗਈ ਔਰ ਹੌਲੀ-ਹੌਲੀ ਇਹ ਟਕਰਾ ਇੱਕ ਝਗੜੇ ਦੇ ਰੂਪ ਦੇ ਵਿੱਚ ਬਦਲ ਗਿਆ ਭਾਈ ਕੁਲਵੰਤ ਸਿੰਘ ਅਤੇ ਸਾਥੀਆਂ ਨੇ ਉਸ ਨਾਸਤਕ ਟੋਲੇ ਦਾ ਟਾਪਾ ਚਾੜ ਦਿੱਤਾ ਬਹੁਤ ਬੁਰੀ ਤਰ੍ਹਾਂ ਦੇ ਨਾਲ ਉਹਨਾਂ ਦੀ ਮਾਰਕੁੱਟ ਕੀਤੀ ਉਸ ਵੇਲੇ ਭਾਈ ਕੁਲਵੰਤ ਸਿੰਘ ਅਤੇ ਇਹਨਾਂ ਦੇ ਸਾਥੀ ਸਾਰੇ ਕਲੀਨ ਸ਼ੀਪ ਸਨ ਸੋ ਇਸ ਘਟਨਾ ਦੀ ਖਬਰ ਪਹੁੰਚਦੀਆ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਸਿੱਖ ਨੌਜਵਾਨਾਂ ਦੇ ਦਿਲਾਂ ਦੀ ਤਰਕਨ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਵਾਲਿਆਂ ਤੱਕ ਜਦੋਂ ਇਹ ਖਬਰ ਪਹੁੰਚੀ ਕਿ ਆਈਟੀਆਈ ਕਾਲਜ ਮੋਗਾ ਦੇ ਵਿੱਚ ਅਰਦਾਸ ਨੂੰ ਲੈ ਕੇ ਝਗੜਾ ਹੋਇਆ ਅਤੇ ਅਰਦਾਸ ਦਾ ਵਿਰੋਧ ਕਰਨ ਵਾਲਿਆਂ ਦਾ ਕੁੱਟਪਾ ਚੜਿਆ ਗਿਆ ਤਾਂ ਸੰਤਾਂ ਨੇ ਆਖਿਆ ਕਿ ਕੁੱਟਪਾ ਚੜਨ ਵਾਲਿਆਂ ਨੂੰ ਇੱਥੇ ਲੈ ਕੇ ਆਓ ਮਾਈਕਲਵੰਦ ਸਿੰਘ ਅਤੇ ਸਾਥੀਆਂ ਨੂੰ ਬੁਲਾਇਆ ਗਿਆ ਦਰਬਾਰ ਸਾਹਿਬ ਜਦੋਂ ਦਰਬਾਰ ਸਾਹਿਬ ਗਏ ਸੰਤ ਜਰਨੈਲ ਸਿੰਘ ਜੀ ਖਾਸਾ ਪਿੰਡਰਾ ਵਾਲਿਆਂ ਨੂੰ ਫਤਿਹ ਬਲਾ ਕੇ ਦੂਰੋਂ ਹੀ ਪਿੱਛੇ ਬੈਠ ਗਏ ਤਾਂ ਸੰਤਾਂ ਨੇ ਇਹਨਾਂ ਵੱਲ ਵੇਖਦਿਆਂ ਦੂਰੋਂ ਆਖਿਆ ਕਿ ਮਰਦਾਂ ਵਾਲੇ ਕੰਮ ਕਰਕੇ ਲੋਕ ਕੇ ਨਹੀਂ ਬੈਠੀ ਦਾ ਅੱਗੇ ਆ ਕੇ ਬੈਠੋ ਜਦੋਂ ਅੱਗੇ ਗਏ ਤਾਂ ਸੰਤਾਂ ਨੇ ਇਹਨਾਂ ਨੂੰ ਅਸ਼ੀਰਵਾਦ ਦਿੰਦਿਆਂ ਆਖਿਆ ਕਿ ਜੇ ਸਿੱਖੀ ਦੀ ਪਰੰਪਰਾ ਤੇ ਪਹਿਰਾ ਦਿੱਤਾ ਤਾਂ ਸਿੱਖ ਬਣਨਾ ਵੀ ਸ਼ੁਰੂ ਕਰ ਦਿਓ ਸਿੱਖ ਵੀ ਬਣ ਜਾਓ ਕੇਸ ਕਤਲ ਕਰਵਾਉਣੇ ਬੰਦ ਕਰੋ ਅਤੇ ਸਿੱਖੀ ਸਰੂਪ ਦੇ ਵਿੱਚ ਆਓ ਸਿੱਖੀ ਦੇ ਅਸੂਲਾਂ ਨੂੰ ਗ੍ਰਹਿਣ ਕਰੋ ਤੇ ਸੰਤਾਂ ਦੇ ਇਸ ਬਚਨਾਂ ਨੂੰ ਅਸ਼ੀਰਵਾਦ ਜਾਣਦੇ ਆ ਭਾਈ ਕੁਲਵੰਤ ਸਿੰਘ ਅਤੇ ਸਾਥੀਆਂ ਨੇ ਕੇਸ ਕਤਲ ਕਰਵਾਉਣੇ ਬੰਦ ਕਰ ਦਿੱਤੇ ਅਤੇ ਜਲਦੀ ਹੀ ਅਮਰਤ ਸ਼ਾਕੇ ਸਿੰਘ ਸਜਣਾ ਕੀਤਾ ਸਿੰਘ ਸਜਣ ਤੋਂ ਬਾਅਦ ਪਾਈ ਕੁਲਵੰਦ ਸਿੰਘ ਖੁਰਾਣਾ ਆਲ ਇੰਡੀਆ ਸੈਕਸ ਟੂਰਨਮੈਂਟ ਫੈਡਰੇਸ਼ਨ ਦੇ ਵਿੱਚ ਸ਼ਾਮਲ ਹੁੰਦੇ ਹਨ ਉਹਨਾਂ ਨੂੰ ਪਹਿਲਾਂ ਕਾਲਜ ਦਾ ਬਾਅਦ ਦੇ ਵਿੱਚ ਫਰੀਦਕੋੜ ਦਾ ਪ੍ਰਧਾਨ ਬਣਾਇਆ ਗਿਆ ਕਿਉਂਕਿ ਪਾਈ ਕੁਲਵੰਦ ਸਿੰਘ ਦੇ ਵਿੱਚ ਇਹ ਗੁਣ ਸੀ ਕਿ ਉਹ ਬਹੁਤ ਹੀ ਵਧੀਆ ਲੈਕਚਰਾਰ ਸੀ ਉੱਥੇ ਪਾਈ ਕੁਲਵੰਦ ਸਿੰਘ ਆਪਣੇ ਲੈਕਚਰ ਦੇ ਨਾਲ ਸੈਂਕੜੇ ਲੋਕਾਂ ਨੂੰ ਪੂਰੀ ਤਰ੍ਹਾਂ ਦੇ ਨਾਲ ਕੀਲ ਲਿਆ ਕਰਦੇ ਸਨ ਉੱਥੇ ਉਹ ਇੱਕ ਬਹੁਤ ਵਧੀਆ ਕਵੀ ਵੀ ਸਨ ਸੁਪਾਈ ਕਲਵਾਂ ਸਿੰਘ ਨੇ ਫੈਡਰੇਸ਼ਨ ਨੂੰ ਜਥੇਬੰਦ ਕਰਨ ਦੇ ਵਿੱਚ ਉਹ ਵੱਡਾ ਰੂਲ ਅਦਾ ਕੀਤਾ ਫਰੀਦਕੋਟ ਅਤੇ ਫਿਰੋਜ਼ਪੁਰ ਦੇ ਜ਼ਿਲ੍ਹਿਆਂ ਦੇ ਵਿੱਚ ਜਦੋਂ 19 ਮਾਰਚ 1984 ਵਾਲੇ ਦਿਨ 올 인디아 섹스 투 ਫੈਡਰੇਸ਼ਨ ਤੇ ਪਾਬੰਦੀ ਲਗਾਈ ਗਈ ਭਾਰਤ ਸਰਕਾਰ ਨੇ ਤਾਂ ਉਸ ਦਾ ਵਿਰੋਧ ਕੀਤਾ ਭਾਈ ਕੁਲਵੰਤ ਸਿੰਘ ਅਤੇ ਇਹਨਾਂ ਦੇ ਸਾਥੀਆਂ ਨੇ ਆਪਣੇ ਤੌਰ ਤੇ ਅਤੇ ਜੋ ਫੈਡਰੇਸ਼ਨ ਦੀ ਸਾਂਝੀ ਕਾਲ ਆਈ ਸੀ ਸਾਰੇ ਪੰਜਾਬ ਦੇ ਵਿੱਚ ਉਸ ਕਾਲ ਤੇ ਚੱਲਦੇ ਆ ਭਾਰਤ ਸਰਕਾਰ ਦਾ ਵਿਰੋਧ ਕੀਤਾ ਅਤੇ ਆਪਣਾ ਰੋਸ ਪ੍ਰਗਟ ਕੀਤਾ ਸੀ ਇਸ ਪਾਬੰਦੀ ਦੇ ਖਿਲਾਫ ਮਾਰਚ ਮਹੀਨੇ ਹੀ ਭਾਈ ਕੁਲਵੰਤ ਸਿੰਘ ਖੁਖਰਾਣਾ ਦਾ रिश्ता तय होया सत्कार योग्य बीबी चरणजीत कौर ਦੇ ਨਾਲ ਅਤੇ ਮਈ ਮਹੀਨੇ ਆਨੰਦ ਕਾਰਜ ਹੋਇਆ 1984 ਦੇ ਵਿੱਚ ਅਕਾਲਪੁਰਖ ਵਾਹਿਗੁਰੂ ਨੇ ਸਮਾ ਪਾ ਕੇ ਭਾਈ ਕੁਲਵੰਤ ਸਿੰਘ ਖੁਰਾਣਾ ਅਤੇ ਬੀਬੀ ਚਰਨਜੀਤ कौर ਨੂੰ ਇੱਕ ਸੁਪੁੱਤਰ ਦੀ ਦਾਤ ਬਖਸ਼ਿਸ਼ ਕੀਤੀ ਜਿਸ ਦਾ ਨਾਮ ਅਵਤਾਰ ਸਿੰਘ ਉਰਫ ਖੰਡਾ ਰੱਖਿਆ ਗਿਆ ਭਾਈ ਅਵਤਾਰ ਸਿੰਘ ਖੰਡਾ ਜੋ ਕਿ ਅੱਜਕੱਲ ਇੰਗਲੈਂਡ ਦੀ ਧਰਤੀ ਤੇ ਹੈ ਭਾਈ ਕੁਲਵੰਤ ਸਿੰਘ ਖੁਰਾਣਾ ਨੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੇ ਹੋਏ ਹਮਲੇ ਤੋਂ ਬਾਅਦ ਖਾੜਕੂ ਗਤੀਵਿਧੀਆਂ ਕਰਨੀਆਂ ਆਰੰਭ ਕਰ ਦਿੱਤੀਆਂ ਗਈਆਂ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਭਾਈ ਗੁਰਜਨ ਸਿੰਘ ਬੁੱਧ ਸਿੰਘ ਵਾਲਾ ਭਾਈ ਪ੍ਰੀਤਮ ਸਿੰਘ ਉਰਫ ਡਾਕਟਰ ਪ੍ਰੀਤਮ ਸਿੰਘ ਇਸੇ ਤਰ੍ਹਾਂ ਹੀ ਭਾਈ ਮਨੋਰ ਸਿੰਘ ਤੀਰਾ ਪਾਈ ਚਮਕੌਰ ਸਿੰਘ ਡਾਲਾ ਵਰਗੇ ਯੋਧਿਆਂ ਦੇ ਨਾਲ ਪਾਈ ਕੁਲਵੰਤ ਸਿੰਘ ਖੁਕਰਾਣਾ ਅਤੇ ਪਾਈ ਗੁਰਜਨ ਸਿੰਘ ਬਰ ਸਿੰਘ ਵਾਲਾ ਕੁਝ ਸਮਾਂ ਜੇਲ੍ਹ ਦੇ ਵਿੱਚ ਵੀ ਬਤੀਤ ਕਰਦੇ ਆ ਜਦੋਂ ਇਹਨਾਂ ਦੀ ਗ੍ਰਿਫਤਾਰੀ ਹੋ ਗਈ ਸੀ 1988 ਦਾ ਵਕਤ ਆਇਆ ਉਸ ਵੇਲੇ ਪੰਜਾਬ ਦੀ ਧਰਤੀ ਤੇ ਸੈਕਸ ਸਟੂਡੈਂਟ ਫੈਡਰੇਸ਼ਨ ਦੇ ਦੋ ਗਰੁੱਪ ਸਨ ਇੱਕ ਦੇ ਪ੍ਰਧਾਨ ਕਨਵੀਨਰ ਸ਼ਹੀਦ ਪਾਈ ਗੁਰਜੀਤ ਸਿੰਘ ਪਿੰਡ ਹਰੀਹਰ ਚੋਕ ਜਿਲ੍ਹਾ ਫਰੋਜ਼ਪੁਰ ਸਨ ਜੋ ਕਿ ਸੰਤ ਜਰਨੈਲ ਸਿੰਘ ਜੀ ਖਾਲਸਾ ਪੰਡਰਾਂ ਵਾਲਿਆਂ ਦੇ ਭਤੀਜ ਜਵਾਈ ਸਨ ਦੂਸਰਾ ਗਰੁੱਪ ਪੰਜ ਮੈਂਬਰੀ ਪਰਜ਼ੀਰੀਅਮ ਦਾ ਸੀ ਭਾਈ ਜਸਵੀਰ ਸਿੰਘ ਰੋਡੇ ਜੋ ਕਿ ਸੰਤ ਜਰਨੈਲ ਸਿੰਘ ਜੀ ਖਾਲਸਾ ਪੰਡਰਾਂ ਵਾਲਿਆਂ ਦੇ ਭਤੀਜੇ ਹਨ ਜਿਨ੍ਹਾਂ ਨੂੰ 26 ਜਨਵਰੀ 1986 ਦੇ ਸਰਬੱਤ ਖਾਲਸੇ ਵਿੱਚ ਅਕਾਲ ਤਖਬਾਦ ਦਾ ਜਥੇਦਾਰ ਬਣਾਇਆ ਗਿਆ ਸੀ ਜਦੋਂ ਮਾਰਚ 1988 ਵਿੱਚ ਭਾਈ ਜਸਵੀਰ ਸਿੰਘ ਦੀ ਰਿਹਾਈ ਹੋਈ ਤਾਂ ਉਹਨਾਂ ਨੇ ਫੈਡਰੇਸ਼ਨ ਦੇ ਦੋਵੇਂ ਟੜੇ ਪੰਗ ਕਰਕੇ ਇੱਕ ਪੰਜ ਮੈਂਬਰੀ ਅਡਹਾ ਕਮੇਟੀ ਬਣਾ ਦਿੱਤੀ ਦੋਹਾਂ ਟੜਿਆਂ ਦੀ ਸਲਾਹ ਦੇ ਨਾਲ ਜਿਸ ਤੇ ਕਨਵੀਨਰ ਭਾਈ ਗੁਰਜੀਤ ਸਿੰਘ ਜੀ ਨੂੰ ਬਣਾਇਆ ਗਿਆ ਅਤੇ ਦੋ ਮੈਂਬਰ ਭਾਈ ਗੁਰਜੀਤ ਸਿੰਘ ਦੀ ਤਰਫੋਂ ਭਾਈ ਸ਼ੇਰ ਸਿੰਘ ਸ਼ੀਰ ਪਿੰਡ ਪੰਡੋਰੀ ਅਤੇ ਭਾਈ ਗੁਰਜੀਤ ਸਿੰਘ ਕਾਕਾ ਪਿੰਡ ਪੋਲੀ ਜ਼ਿਲ੍ਹਾ ਬਠਿੰਡਾ ਲੈ ਗਏ ਜਦ ਕਿ ਪਰਜ਼ੀਲੀਅਮ ਦੀ ਤਰਫੋਂ ਭਾਈ ਕੁਲਵੰਤ ਸਿੰਘ ਖੁਖਰਾਣਾ ਅਤੇ ਭਾਈ ਸੁਰਿੰਦਰ ਸਿੰਘ ਬਾਬਾ ਨੂੰ ਲਿਆ ਗਿਆ ਸੋ ਵੱਡੀ ਜ਼ਿੰਮੇਵਾਰੀ ਭਾਈ ਕੁਲਵੰਤ ਸਿੰਘ ਖੁਖਰਾਣਾ ਤੇ ਉਹਨਾਂ ਨੇ ਪੂਰੀ ਤਨਦੇਹੀ ਦੇ ਨਾਲ ਫੈਡਰੇਸ਼ਨ ਨੂੰ ਮਾਲਵੇ ਦੇ ਵਿੱਚ ਬਲੰਦੀਆਂ ਤੱਕ ਪਹੁੰਚਾਇਆ ਸਖਤ ਮਿਹਨਤ ਕਰਕੇ ਰੂਪੋਸ਼ ਜ਼ਿੰਦਗੀ ਦੇ ਵਿੱਚ ਵਿਚਰਦਿਆਂ ਭਾਈ ਕੁਲਵੰਤ ਸਿੰਘ ਖੁਖਰਾਣਾ ਨੇ ਭਾਈ ਗੁਰਜੰਟ ਸਿੰਘ ਪੁਰਸਿੰਘ ਵਾਲਾ ਦਾ ਬਹੁਤ ਜ਼ਿਆਦਾ ਸਾਥ ਦਿੱਤਾ ਦੋਹਾਂ ਦਾ ਹੀ ਆਪਸ ਦੇ ਵਿੱਚ ਭਰਾਵਾਂ ਤੋਂ ਵੱਧ ਪਿਆਰ ਸੀ ਸੁਖਾਰ ਕੋ ਕਾਰਵਾਈਆਂ ਵੱਡੀ ਪੱਧਰ ਤੇ ਕੀਤੀਆਂ ਸੋ ਭਾਈ ਕੁਲਵੰਤ ਸਿੰਘ ਖੁਖਰਾਣਾ ਖਾਲਿਸਤਾਨ ਦੇ ਸੰਘਰਸ਼ ਵਿੱਚ ਨਿਰੰਤਰ ਯੋਗਦਾਨ ਪਾਉਦੇ ਜਾ ਰਹੇ ਸਨ ਉਸ ਦੇ ਪਰਿਵਾਰ ਨੂੰ ਪੁਲਿਸ ਨੇ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਕੀਤਾ ਭਾਈ ਕੁਲਵੰਤ ਸਿੰਘ ਖੁਰਾਣਾ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਅਤੇ ਭਾਈ ਮਨੋਹਰ ਸਿੰਘ ਟੀਰਾ ਤਿੰਨੇ ਜਣੇ 30 ਮਾਰਚ 1991 ਵਾਲੇ ਦਿਨ ਮੋਟਰਸਾਈਕਲ ਤੇ ਜਾ ਰਹੇ ਸੀ ਕਿ ਮਗਰ ਪੁਲਿਸ ਦੀ ਜਪਸੀ ਲੱਗ ਗਈ ਜਦੋਂ ਇਹਨਾਂ ਦੀ ਨਿਗਾਹ ਪਈ ਤਾਂ ਮੋਟਰਸਾਈਕਲ ਹੋਰ ਤੇਜ਼ ਕਰ ਲਿਆ ਪਰ ਮੋਹਰੇ ਇੱਕ ਬੱਸ ਆ ਗਈ ਜਿਸ ਬੱਸ ਨੇ ਇਹਨਾਂ ਨੂੰ ਰਾਹ ਨਾ ਦਿੱਤਾ ਅਖੀਰ ਮੋਟਰਸਾਈਕਲ ਇੱਕ ਗਲੀ ਦੇ ਵਿੱਚ ਵਾਰ ਲਿਆ ਗਿਆ ਜਿੱਥੇ ਕਿ ਮੋਟਰਸਾਈਕਲ ਦਾ ਐਕਸੀਡੈਂਟ ਹੋ ਗਿਆ ਤਿੰਨੇ ਜਣੇ ਮੋਟਰਸਾਈਕਲ ਤੋਂ ਡਿੱਗ ਪਏ ਭਾਈ ਕੁਲਵੰਤ ਸਿੰਘ ਖੁਰਾਣਾ ਦੀ ਲੱਤ ਦੇ ਵਿੱਚ ਬਹੁਤ ਜ਼ਿਆਦਾ ਸੱਟ ਵੱਜ ਗਈ ਉਸ ਤੋਂ ਖੜਾ ਹੋਣਾ ਵੀ ਉਸ ਤੋਂ ਮੁਸ਼ਕਲ ਹੋ ਗਿਆ ਜਦ ਕਿ ਭਾਈ ਮਨੋਹਰ ਸਿੰਘ ਧੀਰਾ ਦੀ ਬਾਹਾਂ ਟੁੱਟ ਗਈ ਭਾਈ ਕੁਲਵੰਤ ਸਿੰਘ ਖੁਰਾਣਾ ਨੇ ਦੋਹਾਂ ਸਾਥੀਆਂ ਨੂੰ ਜੋਰ ਦੇ ਕੇ ਆਖਿਆ ਕਿ ਤੁਸੀਂ ਇੱਥੋਂ ਭੱਜ ਜਾਓ ਪੁਲਿਸ ਵਾਲਿਆਂ ਨੂੰ ਮੈਂ ਰੋਕਦਾ ਜੇ ਤੁਸੀਂ ਨਾ ਗਏ ਤਾਂ ਆਪਾਂ ਤੰਨਾ ਨਹੀਂ ਉਮਾਰੇ ਜਾਣਾ ਭਾਈ ਕੁਲਵੰਤ ਸਿੰਘ ਦੀ ਇਹ ਗੱਲ ਮੰਨ ਕੇ ਭਾਈ ਗੁਰਜਨ ਸਿੰਘ ਬੁੱਧ ਸਿੰਘ ਵਾਲਾ ਅਤੇ ਭਾਈ ਮਨੋਹਰ ਸਿੰਘ ਤੀਰਾ ਉੱਥੋਂ ਨਿਕਲ ਜਾਂਦੇ ਹਨ ਤੇ ਭਾਈ ਕੁਲਵੰਤ ਸਿੰਘ ਖਰਾਨਾ ਨੂੰ ਯਕਮੀ ਹਾਲਤ ਵਿੱਚ ਗ੍ਰਿਫਤਾਰ ਕਰ ਲਿਆ ਜਾਂਦਾ ਥਾਣੇ ਲਿਜਾ ਕੇ ਉਸ ਨੂੰ ਬਹੁਤ ਜ਼ਿਆਦਾ ਤਸੀਹੇ ਦਿੱਤੇ ਗਏ ਅਗਲੇ ਦਿਨ 31 ਮਾਰਚ 1991 ਵਾਲੇ ਦਿਨ ਭਾਈ ਕੁਲਵੰਤ ਸਿੰਘ ਖਰਾਨਾ ਨੂੰ ਝੂਠੇ ਪੁਲਿਸ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ ਗਿਆ ਭਾਈ ਗੁਰਜਨ ਸਿੰਘ ਬੁੱਧ ਸਿੰਘ ਵਾਲਾ ਅਤੇ ਭਾਈ ਮਨੋਹਰ ਸਿੰਘ ਟੀਰਾ ਨੇ ਪੁਲਿਸ ਦੇ ਐਸਪੀ ਕੇਰ ਸਿੰਘ ਦੇ ਮੁੰਡੇ ਨੂੰ ਅਗਵਾ ਕਰ ਲਿਆ ਅਤੇ ਨਾਲ ਇਹ ਸ਼ਰਤ ਰੱਖ ਦਿੱਤੀ ਕਿ ਅਸੀਂ ਇਸ ਮੁੰਡੇ ਨੂੰ ਤਾਂ ਛੱਡਾਂਗੇ ਜੇ ਤੁਸੀਂ ਭਾਈ ਕੁਲਵੰਤ ਸਿੰਘ ਖੁਰਾਨਾ ਦੀ ਰਿਹਾਈ ਕਰੋਗੇ ਤੁਸੀਂ ਭਾਈ ਕੁਲਵੰਤ ਸਿੰਘ ਖੁਰਾਨਾ ਰਿਹਾ ਕਰ ਦਿਓ ਅਸੀਂ ਤੁਹਾਡੇ ਐਸਪੀ ਦਾ ਮੁੰਡਾ ਰਿਹਾ ਕਰ ਦਿਆਂਗੇ ਪਰ ਉਸ ਸਮੇਂ ਤੱਕ ਭਾਈ ਕੁਲਵੰਤ ਸਿੰਘ ਖੁਰਾਨਾ ਦੀ ਸ਼ਹਾਦਤ ਹੋ ਚੁੱਕੀ ਸੀ ਭਾਈ ਕੁਲਵੰਤ ਸਿੰਘ ਨੂੰ ਝੂਠੇ ਪੁਲਿਸ ਮੁਕਾਬਲੇ ਦੀ ਕਹਾਣੀ ਬਣਾ ਕੇ ਪੁਲਿਸ ਨੇ ਸ਼ਹੀਦ ਕਰ ਦਿੱਤਾ ਪਰ ਇਥੇ ਭਾਈ ਗੁਰਜੰਟ ਸਿੰਘ ਬਦ ਸਿੰਘ ਵਾਲਾ ਅਤੇ ਸਾਥੀਆਂ ਨੇ ਖਾਲਸਾ ਪੰਥ ਦੀਆਂ ਗੌਰਵਮਈ ਰਵਾਇਤਾਂ ਦੇ ਪਹਿਰਾ ਦਿੱਤਾ ਗੌਰਵਮਈ ਅਸੂਲਾਂ ਨੂੰ ਦੁਬਾਰਾ ਰੂਪਮਾਨ ਕੀਤਾ ਆਪਣੇ ਕਬਜ਼ੇ ਦੇ ਵਿੱਚ ਆਪਣੇ ਭਰਾਵਾਂ ਦੇ ਵਰਗੇ ਸਾਥੀ ਦੇ ਕਾਤਲ ਦਾ ਮੁੰਡਾ ਹੋਣ ਦੀ ਬਾਵਜੂਦ ਉਸ ਨੂੰ ਕੁਝ ਨਹੀਂ ਆਖਿਆ ਕਿਉਂਕਿ ਐਸਪੀ ਦਾ ਮੁੰਡਾ ਭਾਈ ਗੁਰਜੰਟ ਸਿੰਘ ਦੇ ਸਾਥੀਆਂ ਦੇ ਕਬਜ਼ੇ ਦੇ ਵਿੱਚ ਸੀ ਉਸੇ ਹੀ ਐਸਪੀ ਦੇ ਹੁਕਮ ਦੇ ਨਾਲ ਭਾਈ ਗੁਰਜੰਟ ਭਾਈ ਕੋ ਭਾਈ ਕੁਲਵੰਤ ਸਿੰਘ ਖੁਰਾਣਾ ਨੂੰ ਸ਼ਹੀਦ ਕੀਤਾ ਗਿਆ ਪਰ ਇੱਥੇ ਭਾਈ ਗੁਰਜੰਟ ਸਿੰਘ ਨੇ ਉਸ ਆਪਣੇ ਭਰਾ ਆਪਣੇ ਦੋਸਤ ਆਪਣੇ ਸਾਥੀ ਦੇ ਕਾਤਲ ਦੇ ਮੁੰਡੇ ਨੂੰ ਹੋਰ ਵੀ ਜ਼ਿਆਦਾ ਪਿਆਰ ਦਿੱਤਾ ਚਾਰਜ ਤੱਕ ਉਹ ਜਦੋਂ ਹੋਰ ਆਪਣੇ ਕੋਲ ਰੱਖਿਆ ਅਖੀਰ ਉਸ ਨੂੰ ਬੜੇ ਹੀ ਪਿਆਰ ਦੇ ਨਾਲ ਰਿਹਾ ਕਰ ਦਿੱਤਾ ਉਹਦੇ ਘਰ ਭੇਜ ਦਿੱਤਾ ਗਿਆ ਜੇਸ਼ ਦੀ ਗਵਾਹੀ ਉਸ ਮੁੰਡੇ ਨੇ ਖੁਦ ਦਿੱਤੀ ਸੀ ਕਿ ਜਿੰਨਾ ਮੈਨੂੰ ਪਿਆਰ ਮੇਰੇ ਅੰਕਲਾਂ ਨੇ ਦਿੱਤਾ ਇੰਨਾ ਪਿਆਰ ਪਿਆਰ ਤਾਂ ਮੈਨੂੰ ਮੇਰੇ ਕਦੀ ਮਾਂ ਪਿਓ ਨੇ ਵੀ ਨਹੀਂ ਸੀ ਦਿੱਤਾ ਸੋ ਇਹ ਇੱਕ ਬਹੁਤ ਵੱਡਾ ਗੌਰਵਮਈ ਪੱਖ ਹੈ ਖਾਲਿਸਤਾਨ ਦੇ ਸੰਘਰਸ਼ ਦਾ ਕਿਉਂਕਿ ਸਾਡੀ ਲੜਾਈ ਕੇਵਲ ਜ਼ਾਲਮ ਦੇ ਨਾਲ ਹੈ ਨਾ ਕਿ ਜ਼ਾਲਮ ਦੇ ਕਿਸੇ ਰਿਸ਼ਤੇਦਾਰ ਜਾਂ ਉਸ ਦੇ ਕਿਸੇ ਔਲਾਦ ਦੇ ਨਾਲ ਸੁਪਾਈ ਕੁਲਵੰਤ ਸਿੰਘ ਖੁਰਾਣਾ ਦੀ ਸ਼ਹਾਦਤ ਹੋ ਗਈ ਸੈਕ ਸਟੂਡੈਂਟ ਫੈਡਰੇਸ਼ਨ ਦੇ ਪੰਜ ਮੈਂਬਰੀ ਅਡ ਹਾਕ ਕਮੇਟੀ ਦੇ ਮੈਂਬਰ ਅਤੇ ਖਾਲਸਤਰ ਕਮਾਂਡੋ ਫੋਰਸ ਦੇ ਪ੍ਰਮੁੱਖ ਜਿਹਾਰੂ ਦੇ ਪਾਈ ਕੁਲਵੰਤ ਸਿੰਘ ਖੁਰਾਣਾ ਖਾਲਸ ਤਾਲਿਬ੍ਰੇਸ਼ਨ ਫੋਰਸ ਦੀ ਤਰਫੋਂ ਜੋ ਪ੍ਰੈਸ ਨੂਰ ਜਾਰੀ ਹੁੰਦੇ ਸਨ ਅਖਬਾਰਾਂ ਦੇ ਵਿੱਚ ਜੋ ਮੌਕੇ ਮੁਤਾਬਕ ਕੋਈ ਗੱਲਬਾਤ ਕਰ ਕੀਤੀ ਜਾਂਦੀ ਸੀ ਪ੍ਰੈਸ ਦੇ ਵਿੱਚ ਉਸ ਦੇ ਵਿੱਚ ਮੁੱਖ ਤੌਰ ਤੇ ਜ਼ਿੰਮੇਵਾਰੀ ਨਵਾਇਆ ਕਰਦੇ ਸੀ ਭਾਈ ਅਮਰ ਸਿੰਘ ਮਾਨ ਅਤੇ ਭਾਈ ਕੁਲਵੰਤ ਸਿੰਘ ਖੁਖਰਾਣਾ ਸੋ ਦੋਹਾਂ ਦੀ ਹੀ ਸ਼ਹਾਦਤ ਨੂੰ ਜੈ ਸ੍ਰੀ ਪ੍ਰਣਾਮ ਹੈ ਕਿਉਂਕਿ ਭਾਈ ਅਮਰ ਸਿੰਘ ਮਾਨ ਵੀ ਬਾਅਦ ਦੇ ਵਿੱਚ ਸ਼ਹੀਦ ਹੋ ਗਏ ਸੀ ਕੇ ਸ੍ਰੀ ਪ੍ਰਣਾਮ ਹੈ ਖਾਲਸਾ ਪੰਥ ਦੀ ਤਰਫੋਂ ਯੂਨਾਈਟਿਡ ਖਾਲਸਾ ਦਲ ਯੂਕੇ ਦੀ ਤਰਫੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ